ਉਸ ਸਮੇਂ ਦੀ ਮੌਜੂਦਾ ਸਰਕਾਰ ਅਕਾਲੀ ਭਾਜਪਾ ਸਰਕਾਰ ਵੱਲੋਂ ਜਿਹੜਾ ਸੀ ਕੋਸ਼ਿਸ਼ ਕੀਤੀ ਗਈ ਕਿ ਬਾਬੇ ਨੂੰ ਕਿਸੇ ਨਾ ਕਿਸੇ ਤਰੀਕੇ ਜਾਂ ਉਸਦੇ ਪੈਰੋਕਾਰਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਤੇ ਵੋਟ ਬੈਂਕ ਜਿਹੜੀ ਆ ਉਸ ਨੂੰ ਪੱਕੀ ਤਰ੍ਹਾਂ ਆਪਣੀ ਜੇਬ ਦੇ ਵਿੱਚ ਪਾ ਲਿਆ ਜਾਵੇ। ਦੋਸ਼ੀ ਨੇ ਮਾਫੀਨਾਮਾ ਦਿੱਤਾ ਵੀ ਨਹੀਂ ਸੀ, ਉਹਨੇ ਮੰਗੀ ਵੀ ਨਹੀਂ ਸੀ, ਫਿਰ ਵੀ ਉਸ ਨੂੰ ਮਾਫੀ ਦੇ ਦਿੱਤੀ ਗਈ ਸੀ ਤੇ ਬਾਬੇ ਨੂੰ ਤੇ ਇੰਜ ਲੱਗ ਰਿਹਾ ਸੀ ਕਿ ਅਦਾਲਤ ਦਾ ਜੱਜ ਕੌਣ ਹੁੰਦਾ ਹੈ, ਅਦਾਲਤਾਂ ਕੀ ਹੁੰਦੀਆਂ ਨੇ, ਸਰਕਾਰਾਂ ਕੀ ਹੁੰਦੀਆਂ ਨੇ, ਸਭ ਕੁਝ ਮੇਰੀ ਜੇਬ 'ਚ ਹੈ, ਮੇਰੇ ਕੋਲ ਸਪੋਰਟਰ ਨੇ, ਮੈਂ ਤੇ ਮੈਸੇਂਜਰ ਆਫ ਗੋਡ ਹਾਂ। ਗੱਲ ਰਾਮ ਰਹੀਮ ਦੀ ਨਹੀਂ ਹੈ, ਗੱਲ ਰਾਮ ਰਹੀਮ ਨੂੰ ਸ਼ਹਿ ਦੇਣ ਵਾਲਿਆਂ। ਨਰਿੰਦਰ ਮੋਦੀ ਵੀ ਇੱਕ ਬਾਬੇ ਦੇ ਇਸੇ ਤਰ੍ਹਾਂ ਦਰਬਾਰ ਦੇ ਵਿੱਚ ਜਿਹੜੇ ਸੀ ਉਹ ਉੱਥੇ ਹਾਜ਼ਰੀ ਭਰਦੇ ਹੋਏ ਦੇਖੇ ਗਏ। ਬਾਬਾ ਭਾਵੇਂ ਜੇਲ੍ਹ ਵਿੱਚ ਹੋਵੇ, ਹਨੀਪ੍ਰੀਤ ਭਾਵੇਂ ਬਦਨਾਮ ਹੋ ਚੁੱਕੀ ਹੋਵੇ, ਪਰ ਫਿਰ ਵੀ ਬਾਬੇ ਦੇ ਪੈਰੋਕਾਰਾਂ ਦੀਆਂ ਵੋਟਾਂ 'ਤੇ ਹਨ। ਸਰ, ਸਭ ਤੋਂ ਪਹਿਲਾਂ ਗੱਲ ਕਰ ਲਈਏ ਡੇਰਾ ਪ੍ਰੇਮੀਆਂ ਦੀ, ਜਿਨ੍ਹਾਂ ਦੀ ਜਿਹੜੀ ਹੈਂਡਰਾਈਟਿੰਗ ਹੈ, ਜਿਨ੍ਹਾਂ ਦੀ ਲਿਖਤ ਹੈ ਜਿਹੜੀ, ਉਹ ਭੜਕਾਊ ਪੋਸਟਰ ਸੀ ਜਿਹੜੇ ਉਹਨਾਂ ਦੇ ਨਾਲ ਮੈਚ ਹੋ ਚੁੱਕੀ ਹੈ। ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੁਣ ਕਿਹੋ ਜਿਹਾ ਮਾਹੌਲ ਬਣਨ ਵਾਲਾ, ਕੀ ਹੋਣ ਵਾਲਾ? ਦੇਖੋ, ਗੱਲ ਇਹ ਹੈ ਜੀ ਕਿ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਬਾਰਾ ਦੇ ਵਾਲਾ ਦੇ ਵਿੱਚ ਜੀ, ਉਸ ਇਲਾਕੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਨੇ ਅਤੇ ਸਰੂਪ ਚੋਰੀ ਹੋਣ ਤੋਂ ਬਾਅਦ ਪੋਸਟਰ ਲੱਗਦੇ ਨੇ ਕਿ ਜਿਸ ਗੁਰੂ ਦੀ ਤੁਸੀਂ ਭਾਲ ਕਰ ਰਹੇ ਹੋ ਉਹ ਸਾਡੇ ਕਬਜ਼ੇ ਵਿੱਚ ਹੈ, ਸਾਡੇ ਕੋਲ ਹੈ। ਔਰ ਪੋਸਟਰ ਲਗਾਉਣੇ ਕੋਈ ਆਮ ਗੱਲ ਨਹੀਂ ਹੁੰਦੀ। ਬਿਲਕੁਲ, ਅੱਜ ਜਦੋਂ ਕਿ ਇੰਨੀ ਹਾਈਟੈਕ ਸਾਰਾ ਕੁਝ ਹੋ ਚੁੱਕਾ ਹੈ ਤੇ ਫਿਰ ਪੋਸਟਰ ਲਾਉਣ ਵਾਲਿਆਂ ਨੂੰ ਲੱਭਣਾ ਕਿੰਨਾ ਕੁ ਔਖਾ ਸੀ। ਬਿਲਕੁਲ, ਸ਼ਾਇਦ ਸਰਕਾਰਾਂ ਦੀ ਤੇ ਜਿਹੜਾ ਸਾਡਾ ਕਾਨੂੰਨੀ ਤੰਤਰ ਹੈ ਉਸਦੀ ਨੀਅਤ ਇਸ ਦੇ ਵਿੱਚ ਸ਼ਾਮਿਲ ਨਹੀਂ ਸੀ ਕਿ ਇਸ ਗੱਲ ਦੀ ਤਹਿ ਤੱਕ ਪਹੁੰਚਿਆ ਜਾਵੇ। ਕਈ ਵਾਰੀ ਹਰਪ੍ਰੀਤ ਜੀ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਜਦੋਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੋਵੇ ਤਾਂ ਬਜਾਏ ਇਸ ਦੇ ਕਿਸੇ ਇੱਕ ਫਿਰਕੇ 'ਤੇ ਇਲਜ਼ਾਮ ਲੱਗਦਾ, ਜਦੋਂ ਦਿਸਦਾ ਹੋਵੇ ਕਿ ਫਲਾਣੇ ਨੇ ਆਹ ਕੰਮ ਕੀਤਾ ਅਤੇ ਉਸਦਾ ਨਾਮ ਸਰਕਾਰਾਂ ਜਿਹੜੀਆਂ ਨੇ ਸਿੱਧਾ ਨਾਂ ਲੈ ਕੇ ਉਸਨੂੰ ਬਾਈਪਾਸ ਕਈ ਵਾਰੀ ਗੱਲ ਕਰਦੀਆਂ ਨੇ ਤਾਂ ਕਿ ਕੋਈ ਇਸ ਤਰ੍ਹਾਂ ਦੇ ਹਾਲਾਤ ਪੈਦਾ ਨਾ ਹੋਣ, ਤਣਾਅਪੂਰਨ ਹਾਲਾਤ ਪੈਦਾ ਹੋ ਜਾਣ ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋਵੇ। ਪਰ ਜਦੋਂ ਸੌਦਾ ਸਾਧ ਦੀ ਅਤੇ ਉਸਦੇ ਪੈਰੋਕਾਰਾਂ ਦੀ ਗੱਲ ਆਉਂਦੀ ਹੈ ਤੇ ਇੱਕ ਵੱਡਾ ਵਿਸ਼ਾਲ ਜਾਲ ਰਾਜਨੀਤੀ ਦਾ ਵਿਸ਼ਾ ਹੋਇਆ ਤੁਹਾਨੂੰ ਨਜ਼ਰ ਆਉਂਦਾ ਹੈ ਜੀ। ਇਸੇ ਦੇ ਤਹਿਤ ਜਾਂਚ ਚੱਲਦੀ ਰਹਿੰਦੀ ਹੈ, ਕਦੋਂ ਤੋਂ ਚੱਲ ਰਹੀ ਹੈ, ਕਿਹੜਾ ਸਮਾਂ ਸੀ ਜਦੋਂ ਰਾਮ ਚੰਦਰ ਛਤਰਪਤੀ ਦਾ ਕਤਲ ਹੋਇਆ ਸੀ, ਰਣਜੀਤ ਸਿੰਘ ਦਾ ਕਤਲ ਹੋਇਆ ਸੀ, ਸਾਧਵੀਆਂ ਨਾਲ ਬਲਾਤਕਾਰ ਦੀ ਗੱਲ ਜਿਹੜੀ ਸੀ ਕਦੋਂ ਪਹੁੰਚੀ ਸੀ ਤੇ ਕਦੋਂ ਜਾ ਕੇ ਉਸਨੂੰ ਸਜ਼ਾ ਹੁੰਦੀ ਹੈ ਤੇ ਅੱਜ ਕਿੱਥੇ ਗੱਲ ਪਹੁੰਚੀ ਹੋਈ ਹੈ ਜੀ। ਇਹ ਸਾਧ ਦਿਨ ਬ ਦਿਨ ਵਿਗੜਦਾ ਗਿਆ ਤੇ ਇਸਨੇ ਜਿਹੜੇ ਕਾਰਨਾਮੇ ਫਿਰ ਕੀਤੇ ਨੇ ਅੱਜ ਦੁਨੀਆ ਦੇ ਸਾਹਮਣੇ ਹੌਲੀ ਹੌਲੀ ਉਜਾਗਰ ਹੋ ਰਹੇ ਨੇ ਜੀ। ਇਸ ਸੰਬੰਧ ਵਿੱਚ ਪਹਿਲਾਂ CBI ਵੱਲੋਂ ਥੋੜ੍ਹਾ ਜਿਹਾ ਕੁਝ ਇਹੋ ਜਿਹੀ ਕਾਰਵਾਈ ਕਰ ਦਿੱਤੀ ਗਈ ਸੀ ਕਿ ਲਿਖਤ ਮੈਚ ਨਹੀਂ ਹੋ ਰਹੀ ਜਾਂ ਲਿਖਤ ਲੈਣ ਦੀ ਕੋਈ ਗੱਲ ਨਹੀਂ, ਇਸ ਨੂੰ ਖੁਰਦ ਬੁਰਦ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ ਜੀ। ਅਦਾਲਤਾਂ ਨੇ ਇਸ ਨੂੰ ਪਿੱਛੇ ਰੱਖ ਦਿੱਤਾ ਸੀ, ਪਰ ਨਵੀਂ ਜਿਹੜੀ ਸਿੱਟ ਬਣਾਈ ਗਈ ਹੈ ਉਸ ਸਿੱਟ ਵੱਲੋਂ ਇੱਕ ਰਿਪੋਰਟ ਜਿਹੜੀ ਹੈ ਜਾਰੀ ਕੀਤੀ ਗਈ, ਉਸ ਦੇ ਤਹਿਤ ਅਦਾਲਤ ਦੇ ਵਿੱਚ ਦਸਤਾਵੇਜ਼ ਸੌਂਪ ਦਿੱਤੇ ਗਏ ਨੇ ਕਿ ਭਾਈ ਸਨੀ ਨਾਂ ਦਾ ਇੱਕ ਵਿਅਕਤੀ ਹੈ ਜਿਸ ਦੀ ਹੈਂਡਰਾਈਟਿੰਗ ਹੂ ਬਹੂ ਜਿਹੜੀ ਹੈ ਮੈਚ ਹੋ ਰਹੀ ਹੈ ਜੀ। ਜਿਹੜੇ ਪੋਸਟਰ ਲਿਖੇ ਗਏ ਨੇ, ਜਿਸ ਵਿਅਕਤੀ ਕੋਲੋਂ ਪੋਸਟਰ ਖਰੀਦੇ ਨੇ ਉਸ ਦੀ ਨਿਸ਼ਾਨਦੇਹੀ ਵੀ ਹੋ ਗਈ ਹੈ ਤੇ ਜਿੱਥੋਂ ਸਕੈਚ ਪੈਨ ਲਏ ਸੀ ਜਿਨ੍ਹਾਂ 'ਤੇ ਜਿਨ੍ਹਾਂ ਨਾਲ ਪੋਸਟਰ ਲਿਖੇ ਗਏ ਉਹ ਵੀ ਨਹੀਂ ਜਿਹੜੇ ਨੇ ਉਹਨਾਂ ਦਾ ਵੀ ਪਤਾ ਲੱਗ ਗਿਆ ਕਿ ਕਿਸ ਤਰ੍ਹਾਂ ਅਤੇ ਕਿਵੇਂ ਖਰੀਦੇ ਗਏ। ਹੁਣ ਇਹ ਸਾਰਾ ਕੁਝ ਹੁੰਦਾ ਹੈ, ਪਰ ਇਸ ਮਾਮਲੇ ਦੇ ਵਿੱਚ ਸਰਕਾਰਾਂ ਦੀ ਨਾਲਾਇਕੀ ਜਿਹੜੀ ਆ ਉੱਭਰ ਕੇ ਸਾਹਮਣੇ ਆਉਂਦੀ ਰਹੀ, ਖਾਸ ਤੌਰ 'ਤੇ ਉਸ ਸਮੇਂ ਦੀ ਮੌਜੂਦਾ ਸਰਕਾਰ ਅਕਾਲੀ ਭਾਜਪਾ ਸਰਕਾਰ ਵੱਲੋਂ ਜਿਹੜਾ ਸੀ ਕੋਸ਼ਿਸ਼ ਕੀਤੀ ਗਈ ਕਿ ਬਾਬੇ ਨੂੰ ਕਿਸੇ ਨਾ ਕਿਸੇ ਤਰੀਕੇ ਜਾਂ ਉਸਦੇ ਪੈਰੋਕਾਰਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਅਤੇ ਵੋਟ ਬੈਂਕ ਜਿਹੜੀ ਆ ਉਸਨੂੰ ਪੱਕੀ ਤਰ੍ਹਾਂ ਆਪਣੀ ਜੇਬ ਦੇ ਵਿੱਚ ਪਾ ਲਿਆ ਜਾਵੇ। ਇਸੇ ਲੜੀ ਦੇ ਤਹਿਤ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਗੁਰਬਚਨ ਸਿੰਘ ਵੱਲੋਂ ਮਾਫ਼ੀਨਾਮਾ ਜਿਹੜਾ ਸੀ ਉਹ ਦੇ ਦਿੱਤਾ ਗਿਆ। ਮਾਫ਼ੀਨਾਮਾ ਹਾਲਾਂਕਿ ਦੇਣਾ ਹੁੰਦਾ, ਦੋਸ਼ੀ ਨੇ ਮਾਫ਼ੀਨਾਮਾ ਦਿੱਤਾ ਵੀ ਨਹੀਂ ਸੀ, ਉਹਨੇ ਮੰਗੀ ਵੀ ਨਹੀਂ ਸੀ, ਪਰ ਫਿਰ ਵੀ ਉਸਨੂੰ ਮਾਫ਼ੀ ਦੇ ਦਿੱਤੀ ਗਈ ਸੀ। ਬਿਲਕੁਲ, ਇਸ 'ਤੇ ਸਿੱਖ ਜਗਤ ਦੇ ਵਿੱਚ ਬੜਾ ਰੋਸ ਪੈਦਾ ਹੋਇਆ ਕਿ ਇਹ ਬਾਬਾ ਇੰਨਾ ਖਾਸ ਕਿਉਂ ਹੈ। ਉਦੋਂ ਤੱਕ ਉਸਨੂੰ ਸਜ਼ਾ ਵਗੈਰਾ ਨਹੀਂ ਸੀ ਹੋਈ, ਉਦੋਂ ਤੱਕ ਅਦਾਲਤਾਂ ਦੇ ਵਿੱਚ ਉਹ ਚੱਕਰ ਕੱਟ ਰਿਹਾ ਸੀ ਅਤੇ ਬਾਬੇ ਨੂੰ ਤਾਂ ਇੰਝ ਲੱਗ ਰਿਹਾ ਸੀ ਕਿ ਅਦਾਲਤ ਦਾ ਜੱਜ ਕੌਣ ਹੁੰਦਾ ਹੈ, ਅਦਾਲਤਾਂ ਕੀ ਹੁੰਦੀਆਂ ਨੇ, ਸਰਕਾਰਾਂ ਕੀ ਹੁੰਦੀਆਂ ਨੇ, ਸਭ ਕੁਛ ਮੇਰੀ ਜੇਬ 'ਚ ਹੈ, ਮੇਰੇ ਕੋਲ ਸਪੋਰਟਰ ਨੇ, ਮੈਂ ਤਾਂ ਮੈਸੇਂਜਰ ਆਫ ਗੋਡ ਹਾਂ, ਰੱਬ ਦਾ ਦੂਤ ਹਾਂ। ਔਰ ਰੱਬ ਦਾ ਦੂਤ ਬਣ ਕੇ ਉਹ ਇੰਝ ਘੁੰਮਦਾ ਸੀ, ਇੰਨੀਆਂ ਵੱਡੀਆਂ ਵੱਡੀਆਂ ਔਰ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਲਗਜ਼ਰੀ ਗੱਡੀਆਂ ਔਰ ਉਸਨੂੰ Z+ ਸਿਕਿਉਰਿਟੀ ਔਰ ਸਾਮਰਾਜ ਬੰਦੇ ਨੇ ਕੰਮ ਕਰ ਲਿਆ ਸੀ। ਜਿਹੜੇ ਵਿਅਕਤੀ ਨੇ ਉਸਦੀਆਂ ਫਿਲਮਾਂ ਨੂੰ ਕੁਝ ਸਮੇਂ, ਜਿਹੜੀ ਥੋੜ੍ਹੀ ਬਹੁਤੀ ਸੂਖਮ ਬੁੱਧੀ ਵਾਲੇ ਨੇ ਉਸਦੀਆਂ ਫਿਲਮਾਂ ਨੂੰ ਕੁਝ ਸਮੇਂ ਲਈ ਵੇਖਿਆ,
ਉਹ ਸਾਫ਼ ਤੌਰ ਤੇ ਦੱਸ ਸਕਦਾ ਸੀ ਕਿ ਬਾਬੇ ਦਾ ਕੰਮ ਕਰਨ ਦਾ ਪੱਧਰ ਕਿੰਨਾ ਕੁ ਹਲਕਾ ਹੈ ਤੇ ਬਾਬੇ ਦੇ ਪੈਰੋਕਾਰ ਜਿਹੜੇ ਨੇ ਉਹ ਕਿਵੇਂ ਬਾਬੇ ਦੇ ਹੱਥੋਂ ਮੂਰਖ ਬਣੇ ਹੋਏ ਨੇ ਜੀ। ਅੱਜ ਵੀ ਉਸਦੇ ਪੈਰੋਕਾਰਾਂ ਦੀ ਕਮੀ ਨਹੀਂ, ਨਿਤ ਨਵੇਂ ਵੀਡੀਓਜ਼ ਤੇ ਸੰਦੇਸ਼ ਅਸੀਂ ਵੇਖਦੇ ਹਾਂ ਜੀ, ਜਿੱਥੇ ਉਹ ਜਿਹੜੇ ਨੇ ਜਿਹੜੇ ਬਾਬੇ ਨੂੰ ਮਾੜਾ ਕਹਿਣ ਵਾਲਿਆਂ ਨੂੰ ਭੰਡਦੇ ਨੇ, ਉਸਨੂੰ ਗਾਲਾਂ ਕੱਢਦੇ ਨੇ, ਮੰਦਾ ਬੋਲਦੇ ਨੇ ਜੀ, ਤੇ ਉਮੀਦ ਲਾਈ ਬੈਠੇ ਨੇ ਕਿ ਬਾਬਾ ਜੀ ਕਿਸੇ ਮਿਸ਼ਨ ਤੇ ਗਏ ਹੋਏ ਨੇ ਤੇ ਬਾਬਾ ਜੀ ਵਾਪਸ ਆ ਜਾਣਗੇ ਜੀ। ਗੱਲ ਰਾਮ ਰਹੀਮ ਦੀ ਨਹੀਂ ਹੈ, ਗੱਲ ਰਾਮ ਰਹੀਮ ਨੂੰ ਸ਼ਹਿ ਦੇਣ ਵਾਲਿਆਂ ਦੀ ਜੀ। ਸ਼ਹਿ ਕਿਸਨੇ ਦਿੱਤੀ ਹੈ? ਇਸ ਤਰ੍ਹਾਂ ਦੇ ਬਾਬੇ ਕੋਈ ਪਹਿਲੀ ਵਾਰੀ ਨਹੀਂ ਭਾਰਤ ਵਿੱਚ ਹੋਏ, ਪਹਿਲਾਂ ਵੀ ਹੋਏ ਨੇ, ਮੈਂ ਬਹੁਤਾ ਇਤਿਹਾਸ ਵਿੱਚ ਜਾਣ ਦੀ ਕੋਸ਼ਿਸ਼ ਹੁਣ ਨਾ ਕਰਾਂ ਤੇ ਚੰਗਾ ਜੀ। ਫਿਰ ਬਾਬਿਆਂ ਦੇ ਜਦੋਂ ਕੰਟਰੋਲ ਤੋਂ ਬਾਹਰ ਹੋ ਜਾਂਦੇ ਨੇ ਉਹਨਾਂ ਦੇ, ਤੇ ਫਿਰ ਉਹਨਾਂ ਨੂੰ ਆਪਣੇ ਆਪ ਥੱਲੇ ਲਿਆਉਣ ਲਈ ਸਰਕਾਰਾਂ ਕੁਝ ਕਰਦੀਆਂ ਨੇ। ਨਰਿੰਦਰ ਮੋਦੀ ਵੀ ਇੱਕ ਬਾਬੇ ਦੇ ਇਸੇ ਤਰ੍ਹਾਂ ਦਰਬਾਰ ਦੇ ਵਿੱਚ ਜਿਹੜੇ ਸੀ ਉਹ ਉੱਥੇ ਹਾਜ਼ਰੀ ਭਰਦੇ ਹੋਏ ਦੇਖੇ ਗਏ। ਇੰਦਰਾ ਗਾਂਧੀ ਦੇ ਸਮੇਂ ਵੀ ਇਸ ਤਰ੍ਹਾਂ ਦੇ ਬਾਬੇ ਹੋਇਆ ਕਰਦੇ ਸਨ, ਜਿਹਨਾਂ ਦੇ ਬਾਅਦ ਵਿੱਚ ਫਿਰ ਹੈਲੀਕਾਪਟਰ ਜਿਹੜੇ ਨੇ ਕ੍ਰੈਸ਼ ਹੁੰਦੇ ਨੇ ਤੇ ਸਰਕਾਰਾਂ ਹੁੰਦਿਆਂ ਸੁਣਦਿਆਂ ਉਹਨਾਂ ਨੂੰ ਵੱਡੇ ਵੱਡੇ ਠੇਕੇ ਜਿਹੜੇ ਨੇ ਉਹ ਮਿਲਦੇ ਨੇ। ਇਹ ਇਹ ਬੜਾ ਇਸ ਤਰ੍ਹਾਂ ਦਾ ਪੁਰਾਣਾ ਇਤਿਹਾਸ ਹੈ। ਜਦੋਂ ਤੱਕ ਰਾਜਨੀਤੀਵਾਨ ਲੋਕ ਸਿਰਫ ਵੋਟਾਂ ਨੂੰ ਅੱਗੇ ਰੱਖ ਕੇ ਇਹੋ ਜਿਹੇ ਲੋਕਾਂ ਨੂੰ ਸ਼ਹਿ ਦੇਣਗੇ, ਇਹੋ ਜਿਹੇ ਨਤੀਜੇ ਆਉਣਗੇ। ਹੁਣ ਇਹ ਵਿਅਕਤੀ ਦੀ ਲਿਖਤ ਮਿਲ ਗਈ ਹੈ ਤੇ ਲਿਖਤ ਦੇ ਦਸਤਾਵੇਜ਼ ਜਿਹੜੇ ਨੇ ਉਹ ਫੋਰੈਂਸਿਕ ਐਵੀਡੈਂਸ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਹੋ ਗਿਆ। ਕੀ ਇਸ ਨੂੰ ਸਖ਼ਤੀ ਨਾਲ ਹੱਥ ਪਏਗਾ, ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ। ਪਰ ਜੋ ਮੌਜੂਦਾ ਸਰਕਾਰ ਹੈ ਪੰਜਾਬ ਦੀ, ਇਸ ਮਾਮਲੇ ਤੇ ਫੂਕ ਫੂਕ ਕੇ ਕਦਮ ਰੱਖਣਾ ਚਾਹੁੰਦੀ ਹੈ। ਬਾਬਾ ਭਾਵੇਂ ਜੇਲ੍ਹ ਵਿੱਚ ਹੋਵੇ, ਹਨੀਪ੍ਰੀਤ ਭਾਵੇਂ ਬਦਨਾਮ ਹੋ ਚੁੱਕੀ ਹੋਵੇ, ਉਸਦੇ ਵੱਡੇ ਵੱਡੇ ਸਾਥੀ ਜਿਹੜੇ ਨੇ ਰੂਪੋਸ਼ ਹੋ ਚੁੱਕੇ ਹੋਣ, ਬਾਬੇ ਦਾ ਡੇਰਾ ਜਿਹੜਾ ਹੈ ਉਹ ਚੱਲਣ ਦਾ ਇਮਕਾਨ ਕੋਈ ਨਜ਼ਰ ਨਾ ਆਉਂਦਾ ਹੋਵੇ, ਪਰ ਫੇਰ ਵੀ ਬਾਬੇ ਦੇ ਪੈਰੋਕਾਰਾਂ ਦੀਆਂ ਵੋਟਾਂ ਤੇ ਹਨ, ਉਹ ਤੇ ਲੈਣੀਆਂ ਨੇ ਕਿਸੇ ਤਰੀਕੇ। ਇਸ ਮਾਮਲੇ ਦੇ ਵਿੱਚ ਸਰਕਾਰਾਂ ਬਹੁਤਾ ਕੁਝ ਬੋਲ ਨਹੀਂ ਰਹੀਆਂ। ਬਾਬੇ ਦੇ ਪ੍ਰੇਮੀਆਂ ਦਾ ਜਾਂ ਡੇਰਾ ਦਾ ਜਾਂ ਬਾਬੇ ਦਾ ਨਾਮ ਲੈਣਾ ਸੌਦਾ ਸਾਧ ਦਾ, ਮਾਫ ਕਰਨਾ ਮੈਂ ਵਾਰ ਵਾਰ ਬਾਬਾ ਆਖ ਰਿਹਾ, ਬਾਬਾ ਅੱਜ ਕੱਲ੍ਹ ਏਦਾਂ ਹੋ ਗਿਆ ਜਿਵੇਂ ਕਿਸੇ ਦਾ ਨਾਮ ਹੋਵੇ ਬਾਬਾ ਜੀ। ਇਸ ਵਿਅਕਤੀ ਨੇ, ਇਸ ਪਾਖੰਡੀ ਨੇ ਕਾਤਲ ਬਲਾਤਕਾਰੀ ਜਿਹੜਾ ਵੀ ਲਫ਼ਜ਼ ਤੁਸੀਂ ਉਸ ਲਈ ਵਰਤਣਾ ਚਾਹੁੰਦੇ ਹੋ ਵਰਤ ਸਕਦੇ ਹੋ, ਬਿਲਕੁਲ। ਇਸਨੇ ਜਿਵੇਂ ਕਾਨੂੰਨ ਨੂੰ ਆਪਣੀ ਮੁੱਠ ਦੇ ਵਿੱਚ ਲੈ ਕੇ ਆਪਣੇ ਆਪਣੇ ਨਾਲਦਿਆਂ ਨੂੰ ਵੀ ਇਹੋ ਕੋਈ ਸਿਖਾਇਆ ਕਿ ਤੁਸੀਂ ਆਹ ਕੰਮ ਕਰੋ, ਔਰ ਉਸ ਮਾਮਲੇ ਦੇ ਵਿੱਚ ਸਿੱਖ ਕਮਿਊਨਿਟੀ ਜਿਹੜੀ ਸੀ ਉਸਦੇ ਦੂਸਰੇ ਪਾਸੇ ਖਲੋਤੀ ਵੇਖੀ ਜਾ ਸਕਦੀ ਸੀ। ਗੁਰੂ ਗੋਬਿੰਦ ਸਿੰਘ ਵਰਗੀ ਪੋਸ਼ਾਕ ਪਾ ਕੇ ਜਿਹੜਾ ਸਵਾਂਗ ਰਚਾਇਆ ਸੀ ਉਸਨੂੰ ਚੈਲੇਂਜ ਹੋਇਆ, ਅੱਜ ਕਿੰਨਾ ਸਮਾਂ ਹੋ ਚੁੱਕਾ ਹੈ, ਪਰ ਬਾਬੇ ਦੇ ਪੈਰੋਕਾਰ ਅਜੇ ਵੀ ਕਾਇਮ ਦਾਇਮ ਨੇ ਤੇ ਇਸ ਤਰ੍ਹਾਂ ਦੀ ਸੋਚ ਨਹੀਂ ਰੱਖਦੇ ਨੇ। ਅਜੇ ਤਖ਼ਤ ਸ੍ਰੀ ਕੇਸਗੜ੍ਹ ਦੇ ਵਿੱਚ ਬੇਅਦਬੀ ਹੋਈ ਨੂੰ ਕੁਝ ਦਿਨ ਹੋਏ ਨੇ, ਔਰ ਉਹ ਵੀ ਡੇਰਾ ਪ੍ਰੇਮੀ ਹੀ ਨਿਕਲਿਆ। ਅਸੀਂ ਭਾਵਨਾਵਾਂ ਨੂੰ ਭੜਕਾਉਣ ਦਾ ਯਤਨ ਨਹੀਂ ਕਰ ਰਹੇ, ਪਰ ਸਰਕਾਰਾਂ ਇਸ ਮਾਮਲੇ ਦੇ ਵਿੱਚ ਸਖ਼ਤੀ ਨਾਲ ਕੋਈ ਸਟੈਂਡ ਲੈਣ ਤਾਂ ਕਿ ਫਿਰ ਕੋਈ ਅਣਸੁਖਾਮੀ ਘਟਨਾ ਮੁੜ ਕੇ ਨਾ ਵਾਪਰੇ। ਬੇਅਦਬੀ ਵਰਗੀ ਘਟਨਾ ਕਿਸੇ ਵੀ ਧਰਮ ਦੇ ਗ੍ਰੰਥ ਦੇ ਖਿਲਾਫ਼, ਮੈਂ ਫੇਰ ਰਿਪੀਟ ਕਰ ਰਿਹਾ, ਕਿਸੇ ਵੀ ਧਰਮ ਦੇ ਗ੍ਰੰਥ ਦੇ ਖਿਲਾਫ਼ ਹੋਣੀ ਜਿਹੜੀ ਆ ਉਹ ਜਾਇਜ਼ ਨਹੀਂ, ਵਾਜਬ ਨਹੀਂ। ਕਿਸੇ ਧਰਮ ਨੂੰ ਕੋਈ ਮੰਨਦਾ ਹੈ ਤੇ ਮੰਨੇ, ਪਰ ਦੂਸਰੇ ਨੂੰ ਇਸ ਤਰ੍ਹਾਂ ਬੇਇੱਜ਼ਤ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ, ਚਾਹੇ ਉਹ ਕੋਈ ਵੀ ਧਰਮ ਹੋਵੇ। ਜੇ ਨਹੀਂ ਸਰਕਾਰਾਂ ਅੱਜ ਵੀ ਮੌਕਾ ਸਾਂਭਦੀਆਂ, ਫਿਰ ਦਿੱਲੀ ਸਿੰਘੂ ਬਾਰਡਰ ਤੇ ਜੋ ਹੈ ਉਹੋ ਜਿਹੀਆਂ ਘਟਨਾਵਾਂ ਸਾਨੂੰ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਨੇ ਉਹ ਸੁਣਨ ਲਈ ਤਿਆਰ ਰਹਿਣਾ ਚਾਹੀਦਾ।